ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗ ਜੀਓ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਅਸਥਾਨ ਤੇ ਆ ਕੇ ਸਾਰਿਆਂ ਦੇ ਜਿਹੜੇ ਦੁੱਖੜੇ ਹੈਗੇ ਆ ਦੁੱਖ ਹੈ ਉਹ ਦੂਰ ਹੋ ਜਾਂਦੇ ਆ ਔਰ ਜੋ ਵੀ ਆਦਮੀ ਇਥੇ ਕਾਮਨਾਵਾਂ ਲੈ ਕੇ ਸੱਚੇ ਦਿਲੋਂ ਆਉਂਦਾ ਤੇ ਅਸੰਭਵ ਤੋਂ ਸੰਭਵ ਕੰਮ ਵੀ ਜਿਹੜੇ ਹਨ ਉਹਦੇ ਸੰਭਵ ਹੋ ਜਾਂਦੇ ਆ ਸੋ ਐਸਾ ਦਾਤਾ ਧੰਗ ਗੁਰੂ ਰਾਮਦਾਸ ਮਹਾਰਾਜ ਦਾ ਹੈ ਇਸੇ ਕਰਕੇ ਗਰਵਾਨੀ ਨੇ ਕਿਹਾ ਕਿ ਡਿੱਠੇ ਸਭੇ ਥਾਵ ਨਹੀਂ ਤੁਦਿਹਾ ਸੋ ਅਜ ਦਾਸ ਕਿਵੇਂ ਉਹ ਵਿਅਕਤੀ ਜਿਨ੍ਹਾਂ ਦੀ ਨજર ਸਦਾ ਵਾਸਤੇ ਚਲੀ ਗਈ ਸੀ ਜਾਂ ਜਿਨ੍ਹਾਂ ਨੂੰ ਡਾਕਟਰਾਂ ਨੇ ਇਹ ਕਹਿ ਕੇ ਜਿਹੜਾ ਸਗਾ ਉਹ ਜਵਾਬ ਦੇ ਦਿੱਤਾ ਸੀ ਕਿ ਤੁਹਾਡੇ ਪਿੱਛੇ ਅੱਖਾਂ ਦੇ ਰੋਸ਼ਨੀ ਲਾਈਟ ਨਹੀਂ ਹੈ ਕਿ ਮੈਂ ਧੰਗ ਗੁਰੂ ਰਾਮਦਾਸ ਮਹਾਰੇ ਦੇ ਦਰ ਤੇ ਆ ਕੇ ਉਹਨਾਂ ਦੇ ਨਾਲ ਚਮਤਕਾਰ ਹੋਏ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਦੀ ਰੋਸ਼ਨੀ ਸੀਗੀ ਸੰਸਾਰ ਨੂੰ ਦੇਖਣ ਦੀ ਕਿਵੇਂ ਉਹਨਾਂ ਨੂੰ ਇਸ ਅਸਥਾਨ ਦੇ ਉੱਤੇ ਪ੍ਰਾਪਤ ਹੋਈ ਆ ਇੱਕ ਦੋ ਘਟਨਾ ਦਾ ਜਿਕਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਇੱਕ ਸੱਜਣ ਜਿਨ੍ਹਾਂ ਦੀ ਆਰਥਿਕ ਦਸ਼ਾ ਜਿਹੜੀ ਸੀ ਕਾਫੀ ਮਜ਼ਬੂਤ ਸੀਗੇ ਚੰਗੇ ਮੀਰ ਘਰਾਣੇ ਦੇ ਸੀਗੇ ਉਹਨਾਂ ਦੀ ਨਜ਼ਰ ਜਿਹੜੀ ਸੀ ਚਲੇ ਗਈ ਜਾਂ ਨਜ਼ਰ ਚਲੀ ਗਈ ਤੇ ਫਿਰ ਦੇਖੋ ਉਹਨਾਂ ਨੇ ਹਨ ਕਈ ਜਿਹੜੇ ਸੀ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਉਹਨਾਂ ਤੋਂ ਜਾਂਚ ਪੜਤਾਲ ਕਰਾਈ ਇਲਾਜ ਵੀ ਕਰਾਇਆ ਔਰ ਖਾਸ ਕਰਕੇ ਵਿਦੇਸ਼ ਅਮਰੀਕਾ ਵਰਗੇ ਡਾਕਟਰਾਂ ਨੂੰ ਵੀ ਉਹਨਾਂ ਨੇ ਆਪਣਾ ਜਿਹੜਾ ਸੀ ਚੈੱਕ ਅਪ ਅੱਖਾਂ ਦਾ ਕਰਾਇਆ ਪਰ ਸਾਰਿਆਂ ਦਾ ਰਿਜ਼ਲਟ ਇਹੀ ਸੀਗਾ ਕਿ ਤੁਹਾਡੀ ਜਿਹੜੀ ਨਜ਼ਰ ਹੈ ਨਾ ਪਿੱਛੋਂ ਆ ਅੱਖਾਂ ਦੇ ਪਿਛੇ ਜਿਹੜੀ ਰੋਸ਼ਨੀ ਸੀਗੀ ਉਹ ਪੂਰੀ ਤਰ੍ਹਾਂ ਡੈੱਡ ਹੋ ਚੁੱਕੀ ਆ ਇਸ ਕਰਕੇ ਤੁਹਾਨੂੰ ਹੁਣ ਦੁਨੀਆ 'ਚ ਦਿਖਾਈ ਨਹੀਂ ਦੇ ਸਕਦਾ ਸੋ ਜਿਆਦਾ ਮੈਡੀਕਲ ਸਾਇੰਸ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਨੇ ਹੱਥ ਖੜੇ ਕੀਤੇ ਇਹ ਜਿਹੜੇ ਸੱਜਣ ਸੀਗੇ ਹਨਾ ਇਹ ਫੇ ਦੱਸਦੇ ਸੀ ਕਿ ਮੇਰੀ ਇੱਕੋ ਇੱਕ ਉਮੀਦ ਰਹਿ ਗਈ ਸੀ ਹੋਰ ਹੈ ਗਈ ਸੀ ਧੰਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਇਸ ਜਨ ਦੱਸਦੇ ਆ ਕਿ ਮੈਂ ਸੁਣਿਆ ਸੀਗਾ ਕਿ ਜੋ ਵੀ ਵਿਅਕਤੀ ਧੰਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆਉਂਦਾ ਉਹਦੀ ਝੋਲੀ ਕਦੀ ਖਾਲੀ ਨਹੀਂ ਜਾਂਦੀ ਤੇ ਉਹਦੇ ਦਰ ਦੇ ਉੱਤੇ ਆ ਕੇ ਹਰ ਇੱਕ ਦੀ ਝੋਲੀ ਜਿਹੜੀ ਆ ਸਹਿਜ ਦੇ ਨਾਲ ਹੀ ਪਰ ਜਾਂਦੀ ਆ ਤੇ ਸਜਣ ਦੱਸਦੇ ਵੀ ਮੈਂ ਵੀ ਧੰਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆਇਆ ਹਾਂ ਇੱਥੇ ਆ ਕੇ ਕਹਿੰਦੇ ਮੈਂ ਜਦੋਂ ਮੈਂ ਦੇਖ ਕਰਾਈ ਦੇਖ ਤੋਂ ਬਾਅਦ ਜਦ ਅੰਦਰ ਜਾ ਕੇ ਮੱਥਾ ਟੇਕਿਆ ਅਰਦਾਸ ਕੀਤੀ ਅਰਦਾਸ ਦੇ ਵਿੱਚ ਇੱਕ ਕਹਿੰਦੇ ਮੈਂ ਨੇਮ ਜਾਂ ਸੰਕਲਪ ਲੈ ਲਿਆ ਉਹ ਐਸੀ ਕਿ ਹੈ ਧੰਗੁਰੂ ਰਾਮਦਾਸ ਮਹਾਰਾਜ ਮੇਰੀ ਹਜੇ ਜ਼ਿੰਦਗੀ ਜਿਹੜੀ ਹੈ ਮੈਨੂੰ ਲੱਗਦਾ ਕਿ ਮੇਰੇ ਸਰੀਰ ਦੇ ਪੱਖੋਂ ਕਾਫੀ ਅਜੇ ਬਡੇਰੀ ਪਈ ਆ ਪਰ ਮੈਂ ਸੰਸਾਰ ਨਹੀਂ ਦੇਖ ਨਹੀਂ ਸਕਦਾ ਔਰ ਖਾਸ ਕਰਕੇ ਮੈਂ ਆਪਣਾ ਜੋਰ ਲਾ ਚੁੱਕਾ ਦੇਸਾਂ ਵਿਦੇਸਾਂ ਦੇ ਜਿਹਨੇ ਡਾਕਟਰਾਂ ਸਭ ਨੂੰ ਆਪਣੀ ਅੱਖਾਂ ਦਾ ਟੁੱਕਾ ਹੈਗਾ ਪਰ ਸਭ ਨੇ ਹੱਥ ਘਾਟ ਖੜੇ ਕਰ ਦਿੱਤੇ ਆ ਹੁਣ ਸਾਰੇ ਦੁਆਰ ਛੱਡ ਕੇ ਮੈਂ ਤੇਰੇ ਦੁਆਰ ਤੇ ਆਇਆ ਔਰ ਮੈਂ ਇਸ ਆਸ ਦੇ ਵਿੱਚ ਆ ਕਿ ਤੁਸੀਂ ਮੇਰੇ ਤੇ ਕਿਰਪਾ ਜ਼ਰੂਰ ਕਰੋਗੇ ਜਦ ਤੱਕ ਤੁਸੀਂ ਮੇਰੇ ਤੇ ਕਿਰਪਾ ਨਹੀਂ ਕਰਦੇ ਮੈਂ ਤੁਹਾਡਾ ਦਰ ਛੱਡ ਕੇ ਕਿਤੇ ਜਾਣਾ ਨਹੀਂ ਉਹ ਸਜਣ ਰਹਦੇ ਸੀ ਕਿ ਇਹੋ ਜੀ ਮੇਰੇ ਅੰਦਰੋਂ ਭਾਵਕਤਾ ਜਿਹੜੀ ਸੀ ਅਰਦਾਸ ਨਿਕਲੀ ਕਹਿੰਦੇ ਦੇ ਅਰਦਾਸ ਕਰਨ ਤੋਂ ਬਾਅਦ ਮੈਂ ਕਹਿੰਦੇ ਉੱਥੇ ਇੱਕ ਕਮਰਾ ਜਿਹੜਾ ਸੀ ਕਿਰਾਏ ਤੇ ਲੈ ਲਿਆ ਕਿਉਂਕਿ ਆਰਥਿਕ ਮੇਰੀ ਮੇਰੇ ਘਰ ਵਿੱਚ ਪੈਸਾ ਕਾਫੀ ਸੀਗਾ ਕਹਿੰਦੇ ਮੈਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਔਰ ਖਾਸ ਕਰਕੇ ਕਹਿੰਦੇ ਮੈਂ ਰਾਤ ਨੂੰ ਇਹ ਸੰਕਲਪ ਕੀਤਾ ਵੀ ਸਾਰੀ ਰਾਤ ਬੈਠ ਕੇ ਧੰਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾ ਕੇ ਤੇ ਫਿਰ ਮੈਂ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਮਹਾਰਾਜ ਇਹੋ ਹੀ ਸ਼ਬਦ ਚਾਰੀ ਜਾਣਾ ਹੈਗਾ ਕਹਿੰਦੇ ਫਿਰ ਮੈਂ ਜਿਹੜਾ ਸਗਾ ਕਹਿੰਦੇ ਮੈਂ ਰਾਤ ਨੂੰ ਸਰੋਵਰ ਦੇ ਕੰਢੇ ਆਇ ਤ ਹੁੰਦਾ ਸਗਾ ਜਦ ਕਹਿੰਦੇ ਅੰਮ੍ਰਿਤ ਸਰੋਵਰ ਦੇ ਕੰਢੇ ਆ ਕੇ ਚੌਂਕੜਾ ਲਾ ਕੇ ਧੰਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਬਹਿਂਦਾ ਸਗਾ ਤੇ ਧੰਨ ਗੁਰੂ ਰਾਮਦਾਸ ਮਹਾਰਾ ਧੰਨ ਗੁਰੂ ਰਾਮਦਾਸ ਮਹਾਰਾ ਡੱਠੇ ਸਵੇਰ தாம் ਨਹੀਂ ਤੁੱਦ ਜਿਆ ਇਹ ਤਦਕ ਧੰਨ ਗੁਰੂ ਰਾਮਦਾਸ ਮਹਾਰਾ ਦੇ ਸ਼ਬਦ ਅੱਖਾਂ ਦੇ ਮੂਰੇ ਲਿਆ ਲਿਆ ਕੇ ਕਹਿੰਦੇ ਮੈਂ ਅਰਦਾਸ ਬੇਨਤੀਆਂ ਕਰਦਾ ਰਹਿੰਦਾ ਸੀ ਇਸ ਤਰ੍ਹਾਂ ਕਿ ਅਰਦਾਸ ਬੇਨਤੀ ਕਰਦੇ ਕਰਦੇ ਕਹਿੰਦੇ ਵੀ ਮੈਨੂੰ ਸਾਰੀ ਰਾਤ ਇਸ ਤਰ੍ਹਾਂ ਹੀ ਨਿਜਮ ਪਾਲਦਿਆਂ ਤਕਰੀਬਨ ਕਹਿੰਦੇ ਵੀ 7 ਦਿਨ ਹੋ ਗਏ ਲਗਾਤਾਰ ਜਿਵੇਂ 7 ਦਿਨ ਹੋਏ 8ਵੇਂ ਦਿਨ ਫਿਰ ਕਹਿੰਦੇ ਮੈਂ ਰਾਤ ਨੂੰ ਹੁਣ 12 ਵਜੇ ਇਸ ਤਰ੍ਹਾਂ ਹੀ ਸਰੋਵਰ ਦੇ ਕੰਢੇ ਬੈਠ ਕੇ ਨੰਗੁਰੂ ਰਾਮਦਾਸ ਮਰਦੇ ਚਰਨਾਂ ਦਾ ਧਿਆਨ ਧਾਰ ਰਿਹਾ ਸੀਗਾ ਧਰ ਦੇ ਧਰ ਦੇ ਅਚੰਚਿਤ ਕਹਿੰਦੇ ਵੀ ਜਦ 12:00 ਵਜੇ ਅਚੰਚਿਤ ਕਹਿੰਦੇ ਵੀ ਮੈਂ ਮੇਰੀ ਅੱਖ ਖੁੱਲੀ ਜਦੋਂ ਕਿਨੇ ਮੈਂ ਅੱਖਾਂ ਖੋਲੀਆਂ ਤੇ ਕਹਿੰਦੇ ਮੈਂ ਹਰਾਂ ਦੇ ਧੰ ਸਾਹਮਣੇ ਪ੍ਰਤੱਖ ਧੰ ਗੁਰੂ ਰਾਮਦਾਸ ਮਹਾਰਾਜ ਦੇ ਸਥਾਨ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਮੈਨੂੰ ਪ੍ਰਤੱਖ ਦਰਸ਼ਨ ਹੋ ਗਏ ਕਿੰਨੇ ਮੈਂ ਹੈਰਾਨ ਹੋ ਗਿਆ ਕਿ ਮੈਂ ਤਾਂ ਦਰਬਾਰ ਸਾਹਿਬ ਨੂੰ ਪਰਤਖ ਦੇਖ ਸਕਦਾ ਸਰੋਵਰ ਆਲਦਵਲੇ ਸਭ ਕੁਝ ਪਹਿਲੇ ਦੀ ਤਰ੍ਹਾਂ ਕਹਿੰਦੇ ਮੈਨੂੰ ਆਸਾਨੀ ਨਾਲ ਸਭ ਕੁਝ ਦਿਖਾਈ ਦੇਣ ਲੱਗ ਪਿਆ ਕਹਿੰਦੇ ਮੇਰੀ ਖੁਸ਼ੀ ਵਿੱਚ ਚਾਂਗਾ ਨਿਕਲ ਗਈਆਂ ਕਿਤਾ ਚਮਤਕਾਰ ਹੋ ਗਿਆ ਬਸ ਫੇਰ ਕੀ ਸੀ ਕਹਿੰਦੇ ਮੈਂ ਖੁਸ਼ੀ ਦੇ ਵਿੱਚ ਬੋਰਾ ਹੋ ਗਿਆ ਚੱਲਾ ਹੋ ਗਿਆ ਤੇ ਉੱਚੀ ਉੱਚੀ ਕਹਿੰਦੇ ਗਾਣਾ ਸ਼ੁਰੂ ਕਰ ਦਿੱਤਾ ਧੰਨ ਗੁਰੂ ਆਮਦਾਸ ਧੰਨ ਗੁਰੂ ਆਮਦਾਸ ਧੰਨ ਗੁਰੂ ਆਮਦਾਸ ਕਹਿੰਦੇ ਇਸ ਤਰ੍ਹਾਂ ਦੇ ਮੇਰੇ ਮਹੋਂ ਕਹਿੰਦੇ ਧੰਗੁਰੂ ਰਾਮ ਦਾਸ ਮਹਾਰਾ ਦੀ ਜੈ ਜੈਕਾਰ ਦੇ ਜਦ ਕਹਿੰਦੇ ਸ਼ਬਦ ਗੂੰਜੇ ਤੇ ਕੁਛ ਕਹਿੰਦੇ ਵੀ ਜਿਹੜੇ ਸੰਗਤ ਦੇ ਕੁਛ ਪ੍ਰੇਮੀ ਸੀ ਜਿਹੜੇ ਉਸ ਟਾਈਮ ਜਿਹੜੇ ਸੀ ਪ੍ਰਕਰਮਾ 'ਚ ਆਰਾਮ ਕਰ ਰਿਹਾ ਰਹੇ ਸੀ ਕਹਿੰਦੇ ਵੀ ਉਹਨਾਂ ਨੇ ਵੀ ਉੱਠ ਕੇ ਦੇਖਿਆ ਕਿ ਸਰਦਾਰ ਜੀ ਹੋਣੀ ਜਿਹੜੇ ਹੈ ਬੈਠੇ ਆ ਪਤਾ ਨਹੀਂ ਨੇ ਇਹਨਾਂ ਦੇ ਨਾਲ ਕੀ ਗੱਲ ਹੋਈ ਕਹਿੰਦੇ ਫਿਰ ਜਦ ਉਹਨਾਂ ਨੇ ਪੁੱਛਿਆ ਸਰਦਾਰ ਜੀ ਕੀ ਗੱਲ ਹੋਈ ਤੇ ਕਹਿੰਦੇ ਮੈਂ ਆਖਿਆ ਕਿ ਮੇਰੀ ਨਜ਼ਰ ਅੱਗੇ ਗਈ ਸੀ ਗਈ ਪਰ ਅੱਜ ਮੇਰਾ ਚਮਤਕਾਰ ਹੋ ਗਿਆ ਮੈਂ ਹੁਣ ਸਭ ਕੁਝ ਦੇਖ ਸਕਦਾ ਹੈਗਾ ਤੋ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਜਿਹੜੀ ਘਟਨਾ ਉਹਨਾਂ ਦੇ ਨਾਲ ਹੋਈ ਸੀ ਉਹਨਾਂ ਨੇ ਫਿਰ ਇਹ ਘਟਨਾ ਜਿਹੜੀ ਸੀ ਸੰਤ ਸਿੰਘ ਮਸਕੀਨ ਜੀ ਉਹਨਾਂ ਨੇ ਸਾਂਝੀ ਕੀਤੀ ਸੀ ਕਿ ਕਿ ਮੈਂ 8 ਦਿਨ ਬਾਅਦ ਮੇਰੀ ਅੱਖਾਂ ਦੀ ਰੋਸ਼ਨੀ ਜਿਹੜੀ ਸੀ ਉਹ ਵਾਪਸ ਪਰਤ ਆਈ ਆ ਇਹ ਕੇਵਲ ਤੇ ਕੇਵਲ ਧੰਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਹੀ ਸਾਰਾ ਜੋ ਚਮਤਕਾਰ ਹੈਗਾ ਇਹ ਕਹਿੰਦੇ ਮੇਰੇ ਨਾਲ ਵਾਪਰਿਆ ਹੈਗਾ ਐਸੀ ਬਖਸ਼ਿਸ਼ ਹੋਈ ਆ ਮੇਰੇ ਤੇ ਮੈਨੂੰ ਦੁਬਾਰਾ ਜ਼ਿੰਦਗੀ ਮਿਲੀ ਹੁਣ ਕਹਿੰਦੇ ਮੈਂ ਜਿਹੜਾ ਸੰਸਾਰ ਆ ਉਹ ਸੰਸਾਰ ਨੂੰ ਦੁਆਰਾ ਤੋਂ ਜਿਹੜਾ ਹੈਗਾ ਉਹ ਦੇਖ ਸਕਦਾ ਐਸੀ ਕਿਰਪਾ ਧੰ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ ਇਸੇ ਤਰ੍ਹਾਂ ਹਨਾ ਇੱਕ ਸੱਜਣ ਜਿਨ੍ਹਾਂ ਦੀ ਇੱਕ ਨੌਜਵਾਨ ਬੇਟੀ ਸੀਗੀ ਉਹਦੀ ਵੀ ਅੱਖਾਂ ਦੀ ਜਿਹੜੀ ਰੋਸ਼ਨੀ ਚਲੀ ਗਈ ਸੀ ਜੇ ਚਲੀ ਗਈ ਸੀ ਉਹਨਾਂ ਨੇ ਵੀ ਇਸ ਤਰ੍ਹਾਂ ਹਨਾ ਬਹੁਤ ਸਾਰੇ ਡਾਕਟਰਾਂ ਨੂੰ ਦਿਖਾ ਲਿਆ ਸੀਗਾ ਇਲਾਜ ਕਰਾਇਆ ਸੀਗਾ ਪਰ ਜਿੱਦਾਂ ਜਿੱਦਾਂ ਇਲਾਜ ਕਰਾਉਂਦੇ ਸੀ ਅੱਖਾਂ ਵਿਗੜਦੀਆਂ ਗਈਆਂ ਅਖੀਰ ਡਾਕਟਰਾਂ ਨੇ ਉਹਨਾਂ ਜਵਾਬ ਦਿੱਤਾ ਸੀ ਕਹਿੰਦਾ ਸੀਗਾ ਕਿ ਢਾਡੀ ਜਿਹੜੇ ਪਿੱਛੋਂ ਰੋਸ਼ਨੀ ਹੈਗੀ ਆ ਉਹ ਵੀ ਤਕਰੀਬਨ ਡੈੱਡ ਹੋ ਗਈ ਆ ਪਿੱਛੋਂ ਰੋਸ਼ਨੀ ਖਤਮ ਹੋ ਗਈ ਇਸ ਕਰਕੇ ਹੁਣ ਜੇ ਪਰਸ਼ਨ ਵੀ ਅੱਖਾਂ ਦਾ ਕਰਦੀ ਏ ਪਰ ਪਿੱਛੇ ਲਾਈਟ ਹੈ ਨਹੀਂ ਜਿਸ ਕਰਕੇ ਤੁਸੀਂ ਹੁਣ ਸੰਸਾਰ ਨੂੰ ਦੇਖ ਨਹੀਂ ਸਕਦੇ ਪਰ ਹੁਣ ਉਹਨਾਂ ਨੇ ਵੀ ਧੰਗੁਰੂ ਰਾਮਦਾਸ ਮਹਾਰੇ ਦੇ ਦਰ ਦੇ ਜਿਹੜੀ ਸਿਫਤ ਸੁਣੀ ਆ ਕਿ ਡੱਠੇ ਸਭੇ ਥਾਵ ਨਹੀਂ ਤੋ ਜੇ ਉਹ ਵੀ ਪਰਿਵਾਰ ਜਿਹੜਾ ਸੀਗਾ ਨਾ ਉਹ ਵੀ ਫਿਰ ਦਰਬਾਰ ਸਾਹਿਬ ਆਇਆ ਹੁਣ ਬੱਚੀ ਜਵਾਨ ਬੱਚੀ ਵਿਆਹਣ ਵਾਲੀ ਹੈਗੀ ਆ ਹੁਣ ਦੇਖੋ ਜਦੋਂ ਬੱਚਾ ਇਸ ਅਵਸਥਾ ਵਿੱਚ ਪਹੁੰਚ ਜਾਵੇ ਕਿਸ਼ੋਰ ਅਵਸਥਾ ਦੇ ਵਿੱਚ ਔਰ ਖਾਸ ਕਰਕੇ ਜਦ ਅੱਖਾਂ ਦੇ ਵਿੱਚ ਰੋਸ਼ਨੀ ਨਾ ਹੋਵੇ ਸੰਸਾਰ ਦੇਖ ਨਾ ਸਕੇ ਫਿਰ ਉਹਦੀ ਜਿਹੜੀ ਅਗਲੀ ਜ਼ਿੰਦਗੀ ਆ ਉਹ ਕਿਵੇਂ ਤੁਰ ਸਕਦੀ ਹੈ ਇਸ ਕਰਕੇ ਬੱਚੀ ਦੇ ਮਨ ਦੇ ਵਿੱਚ ਸ਼ੁਰੂ ਤੋਂ ਧੰਗੁਰੂ RAMDAS ਮਹਾਰਾ ਦੇ ਦਰ ਦੇ ਪ੍ਰਤੀ ਅਰਦਾਸਾਂ ਨਿਕਲਦੀਆਂ ਸੀ ਇਸ ਕਰਕੇ ਇਹ ਬੱਚੀ ਵੀ ਜਿਹੜੀ ਸੀ ਧੰਗੁਰੂ RAMDAS ਮਹਾਰਾ ਨੂੰ ਯਾਦ ਕਰਦੀ ਹੁੰਦੀ ਸੀ ਸਿਮਰਨ ਕਰਦੀ ਹੁੰਦੀ ਸੀ ਪਰ ਦੇਖੋ ਸੁਭਾਅ ਬਣਿਆ ਤੇ ਇਹਦੇ ਅੰਦਰ ਵੀ ਕਾਹਲ ਪਈ ਕਿ ਮੈਂ ਗੁਰੂ RAMDAS ਮਹਾਰਾ ਦੇ ਦਰ ਤੇ ਜਾਣਾ ਸੋ ਘਰ ਦੇ ਵੀ ਜਿਹੜੇ ਸੀ ਪਰਿਵਾਰ ਇਹਨਾਂ ਧੰਗੁਰ ਗੁਰੂ ਨਾਮਦਾਸ ਸਮਰਦੇ ਦਰ ਤੇ ਲੈ ਕੇ ਆਇਆ ਇਹ ਜਦ ਪਰਿਵਾਰ ਆਇਆ ਹਨ ਧੰਗੁਰ ਗੁਰੂ ਨਾਮਦਾਸ ਸਮਰਦੇ ਦਰ ਦੇ ਉੱਤੇ ਤੇ ਉਸ ਟਾਈਮ ਫੇਰ ਇਹਨਾਂ ਦੇ ਜਿਹੜੇ ਪਿਤਾ ਸੀ ਜਿੱਥੇ ਦੁੱਖ ਭਜਣੀ 베ਰੀ ਆ ਉੱਥੇ ਜਾ ਕੇ ਇਹਨਾਂ ਪਿਤਾ ਜੀ ਨੇ ਜਿਹੜਾ ਸੀਗਾ ਉੱਥੇ ਪੰਜ ਇਸ਼ਨਾਨ ਆ ਕੀ ਤੱਕਾਂ ਦੇ ਛਿੱਟੇ ਮਾਰੇ ਤੇ ਆਪ ਇਸ਼ਨਾਨ ਕਰਕੇ ਸਾਰਾ ਕੁਝ ਜਦ ਇਹਨਾਂ ਦੇ ਪਿਤਾ ਜਿਹੜੇ ਸੁਰਖਰੂ ਹੋਏ ਬਾਹਰ ਆਏ ਤੇ ਆ ਕੇ ਆਪਣੀ ਇਸ ਜਵਾਨ ਬੇਟੀ ਨੂੰ ਕਹਿਣ ਲੱਗੇ ਬੇਟਾ ਤੂੰ ਵੀ ਹਨਾ ਅਮਰ ਸਰੋਵਰ ਤੇ ਜਾ ਕੇ ਅੱਖਾਂ ਦੇ ਛੱਟੇ ਮਾ ਲਾ ਤੇ ਇਸ਼ਨਾਨ ਕਰ ਲਾ ਹੁਣ ਬੇਟੀ ਦੇ ਮਨ ਦੇ ਵਿੱਚ ਸੀਗਾ ਵੀ ਚਲੋ ਮੈਂ ਜਾਂਦੀ ਆ ਜਦ ਇਹ ਬੇਟੀ ਆਪਣੇ ਪਿਤਾ ਦਾ ਹੱਥ ਫੜ ਕੇ ਸਰੋਵਰ ਦੀਆਂ ਸੀੜੀਆਂ ਪੌੜੀਆਂ ਥਾਣੀ ਥੱਲੇ ਉਤਰੀ ਤੇ ਪਹਿਲੇ ਪੌੜੇ ਤੇ ਜਾ ਕੇ ਬੱਚੀ ਜਦ ਝੁਕੀ ਆ ਤੇ ਇਹਦਾ ਰੋਣਾ ਨਿਕਲ ਗਿਆ ਮਨ ਦੇ ਵਿੱਚ ਖਿਆਲ ਹੈ ਕਿ ਸਰੋਵਰ ਨੂੰ ਦੇ ਜਲ ਨੂੰ ਮੈਂ ਮਹਿਸੂਸ ਤਾਂ ਕਰਦੀ ਆ ਪਰ ਧੰਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਸਾਹਿਬ ਦੇ ਮੈਂ ਦਰਸ਼ਨ ਨਹੀਂ ਕਰ ਸਕਦੀ ਮੇਰੀ ਅੱਖਾਂ ਦੀ ਜੋਤ ਹੈ ਨੇ ਤੇ ਕਿ ਮੈਂ ساری ਉਮਰ ਇਸ ਤਰ੍ਹਾਂ ਰਹੂੰਗੀ ਜਿਆਦੇ ਬੱਚੇ ਦੇ ਅੰਦਰ ਇਸ ਤਰ੍ਹਾਂ ਦੀ ਬੇਬਲ ਤੇ ਬੇਬਲਤਾ ਦੀਆਂ ਮੰਦਰੋਂ ਜਿਹੜੀਆਂ ਅਰਦਾਸਾਂ ਜਾਂ ਭਾਵਨਾ ਮੰਦਰੋਂ ਪ੍ਰਗਟ ਹੋਈਆਂ tufaan ਦੀ ਤਰ੍ਹਾਂ ਤੇ ਇਸ ਬੱਚੇ ਨੇ ਵੀ ਜਦੋਂ ਹਨਾ ਆਪਣੇ ਬੁੱਕ ਅਮਰ ਜਲਣਾ ਪਰਿਆ ਤੇ ਅੱਖਾਂ ਦੇ ਛਿੱਟੇ ਮਾਰੇ ਤੇ ਨਾਲ ਇਹ ਆਖਿਆ ਕਿ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਦੋ ਚਾਰ ਬਾਰੀ ਜਦ ਇਸ ਨੇ ਜਿਹੜੇ ਧੰਨ ਗੁਰੂ ਰਾਮਦਾਸ ਮਰਦਾ ਧੰਨ ਗੁਰੂ ਰਾਮਦਾਸ ਮਰਦਾ ਨਾਮ ਲਿਆ ਤੇ ਇਸ ਤਰ੍ਹਾਂ ਚਾਰ ਪੰਜ ਛਿੱਟੇ ਜਦ ਅੱਖਾਂ ਤੇ ਮਾਰੇ ਛੱਟੇ ਮਾਨ ਤੋਂ ਬਾਅਦ ਫੇ ਬੱਚੀ ਨੇ ਜਦ ਕੁਦਰਤੀ ਅੱਖਾਂ ਜਿਹੜੀਆਂ ਸੀਆਂ ਖੋਲੀਆਂ ਤਾਂ ਹਰਾਂ ਰਹਿ ਗਈ ਪਰਤੱਖ ਚਮਤਕਾਰ ਹੋ ਗਿਆ ਹੋ ਗਿਆ ਸਾਹਮਣੇ ਧੰਨ ਤੰਨ ਸ੍ਰੀ ਦਰਬਾਰ ਸਾਹਿਬ ਸਚਖੰਡ ਦੇ ਇਹਨੂੰ ਪਰਤੱਖ ਦਰਸ਼ਨ ਹੋਏ ਤੇ ਪੂਰਾ ਸਰੋਵਰ ਜਿਹੜਾ ਸਗਾ ਇਹਦੇ ਮੂਰੇ ਠਾਠਾ ਮਾਰਿਆ ਸੀ ਜਲਦੇ ਅਮਰ ਦਾ ਇਹ ਵੀ ਬੱਚੀ ਦੀਆਂ ਜਦ ਇਸ ਤਰ੍ਹਾਂ ਇਹਨਾਂ ਚਮਤਕਾਰ ਹੋਏ ਸੀ ਇਹਦੀ ਵੀ ਖੁਸ਼ੀ ਤੇ ਚਾਂਗਾ ਨਿਕਲੀਆਂ ਤੈਨੂੰ ਵਿੱਚ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਿਤਾ ਜੀ ਮੈਂ ਦੇਖ ਸਕਦੀ ਮੈਂ ਸਭ ਕੁਝ ਦੇਖ ਸਕਦੀ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਜੇ ਤੇ ਇੰਨੀ ਗੱਲ ਹੋਈ ਤੇ ਇਹਨਾਂ ਦਿਪ੍ਰਤਾ ਜੀ ਵੀ ਬੜੇ ਭਾਵੁਕ ਹੋ ਗਏ ਪਰ ਉਸ ਟਾਈਮ ਜਿਹੜੀ ਅਲਗਰ ਸੰਗਤ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਵੀ ਇਕੱਠੀ ਹੋ ਗਈ ਫਿਰ ਜਦ ਇਸ ਬੱਚੇ ਨੂੰ ਪੁੱਛਿਆ ਗਿਆ ਉਹ ਕਹਿੰਦੀ ਵੀ ਬਿਲਕੁਲ ਮੈਂ ਨਾਰਮਲ ਹੋ ਗਈ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਔਰ ਜਿਹੜੀ ਮੈਡੀਕਲ ਸਾਇੰਸ ਸੀ ਜਿੰਨੇ ਕਹਿਤਾ ਸਕੇ ਕਿ ਪਿੱਛੇ ਅੱਖਾਂ ਦੀ ਰੋਸ਼ਨੀ ਨਹੀਂ ਹੈ ਉਹ ਡੈਡ ਹੋ ਚੁੱਕੀ ਆ ਪਰ ਦੇਖੋ ਕਿਵੇਂ ਧੰਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਤੇ ਕਿਰਪਾ ਦੇ ਨਾਲ ਇਹ ਜਿਹਾ ਚਮਤਕਾਰ ਹੋ ਗਿਆ ਕਿ ਇਸ ਬੱਚੀ ਦਾ ਜਿਹੜਾ ਸੰਸਾਰ ਸੀਗਾ ਜਿਸ ਸੰਸਾਰ ਦੇ ਵਿੱਚ ਇਹ ਬੱਚੀ ਨਿਰਾਸ਼ ਹੋ ਚੁੱਕੀ ਸੀ ਉਹ ਸੰਸਾਰ ਇਹਦੇ ਮੂਲੇ ਫਿਰ ਜਿਹੜਾ ਸੀਗਾ ਉਹ ਉਜਲ ਹੋ ਗਿਆ ਤੇ ਹੁਣ ਇਹ ਬੱਚੀ ਜਿਹੜੀ ਹੈਗੀ ਆ ਇਹ ਧੰਗ ਗੁਰੂ ਰਾਮਦਾਸ ਮਹਾਰਾ ਦੇ ਗੁਣ ਗਾਉਂਦੀ ਨਹੀਂ ਥੱਕਦੀ ਸੋ ਐਸੇ ਆ ਧੰਗ ਗੁਰੂ ਰਾਮਦਾਸ ਮਹਾਰਾ ਦਰਬਾਰ ਸਾਹਿਬ ਦੇ ਵਿੱਚ ਹੁੰਦੇ ਚਮਤਕਾਰ ਔਰ ਜਿਨ੍ਹਾਂ ਚਮਤਕਾਰਾਂ ਦੇ ਸਦਕੇ ਅੱਜ ਇੱਕ ਨਹੀਂ ਲੱਖਾਂ ਸੰਗਤਾਂ ਜਿਹੜੀਆਂ ਇਸ ਦਰ ਤੇ ਆਉਂਦੀਆਂ ਔਰ ਖਾਸ ਕਰਕੇ ਦੱਖਣ ਭਾਰਤ ਤੋਂ ਆਈਆਂ ਸੰਗਤਾਂ ਉਹ ਤਾਂ ਜਾਨੀ ਆਪਣੇ ਪ੍ਰੈਕਟੀਕਲ ਦੱਸਦੀਆਂ ਕਿ ਉਹਨਾਂ ਦੀਆਂ ਜਿੰਨੀਆਂ ਵੀ ਮਨੋਕਾਮਨਾ ਹੈਗੀਆਂ ਜੋ ਖਾਸ਼ਾਂ ਹੈਗੀਆਂ ਪਤਾ ਨਹੀਂ ਕਹਿੰਦੇ ਵੀ ਇਸ ਤੀਰਥ ਤੇ ਆ ਕੇ ਕਿਵੇਂ ਪੂਰੀਆਂ ਹੋ ਜਾਂਦੀਆਂ ਬਾਕੀ 68 ਤੀਰਥਾਂ ਤੇ ਵੀ ਜਾਂਦੇ ਆ ਸਾਰੋ ਸਾਰੇ ਜਿਹੜੇ ਤੀਰਥ ਹੈ ਆਪਣੀ ਜਗ੍ਹਾ ਮੁਬਾਰਕਵਾਦ ਆ ਪਰ ਜੋ ਬਖਸ਼ਿਸ਼ ਧੰਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਹੁੰਦੀ ਆ ਔਰ ਇਹ ਬਖਸ਼ਿਸ਼ ਪਰਤਖ ਹੁੰਦੀ ਆ ਇਹੋ ਜੀ ਬਖਸ਼ਿਸ਼ ਜਿਹੜੀ ਹੈਗੀ ਆ ਇਹ ਦੁਨੀਆ ਦੇ ਕਿਸੇ ਸਥਾਨ ਤੇ ਨਹੀਂ ਹੁੰਦੀ ਇਸੇ ਕਰਕੇ ਇਸ ਦਰ ਨੂੰ ਇਹ ਜਿਹੜਾ ਹੈਗਾ ਵਰਦਾਨ ਹੈ ਕਿ ਡਿੱਠੇ ਸਭੇ ਥਾਵ ਨਹੀਂ ਤੋ ਦਿਜੇਹਾ ਤੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਅਸਥਾਨ ਤੇ ਆਪ ਦਸਾਂ ਪਾਛੀਆਂ ਸਮੇਤ ਇਸ ਅਸਥਾਨ ਤੇ ਬਰਾਜਮਾਨ ਰਹਿੰਦੇ ਆ ਤਨੋਂ ਨਿੰਦੀਆਂ 18 ਸਿੱਧੀਆਂ ਇਸ ਦਰਬਾਰ ਦੇ ਉੱਤੇ sada hi ਹੱਥ ਜੋੜ ਖੜੀਆਂ ਰਹਿੰਦੀਆਂ ਔਰ ਲੱਖਾਂ ਸ਼ਹੀਦ ਸਿੰਘਾਂ ਦੀਆਂ ਕਿੰਨੀਆਂ ਫੌਜਾਂ ਹੈਗੀਆਂ ਇਸ ਅਸਥਾਨ ਦੇ ਉੱਤੇ ਹਮੇਸ਼ਾ ਨਮੋ ਨਮੋ ਹੋ ਕੇ ਜਿਹੜਾ ਹੈ ਇਸ ਦਰ ਦੇ ਉੱਤੇ ਹਮੇਸ਼ਾ ਹੱਥ ਬੰਦੀ ਖੜੀਆਂ ਰਹਿੰਦੀਆਂ ਸੋ ਐਸਾ ਹੈ ਦਰ ਤਨ ਗੁਰੂ ਰਾਮਦਾਸ ਮਹਾਰਾਜ ਦਾ ਸੋ ਦਾਸ ਇਨੇ ਕੋ ਬਚਨ ਹੀ ਆਪ ਸੰਗਤ ਨਾਲ ਸਾਂਝਾ ਕਰਦਾ ਹੋਇਆ ਖੀਮਾ ਦਾ ਜਾਚਕਾ ਜੀ ਹੁਣ ਬਿਆੰਤ ਭੁੱਲਾਂ ਚੁੱਕਾਂ ਦੀ ਖੀਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ